अच्छा जी मैं ਜਿਹੜਾ ਹਿੰਦੂ ਟੈਂਪਲ ਤੇ ਕੋਈ ਖਬਰ ਪਾਈ ਸੀ ਕਿ ਕੋਈ ਜਿੱਦਾਂ ਕਿ ਅਟੈਕ ਹੋਇਆ ਆ ਜਾਂ ਫਿਰ ਕੁਝ ਲਿਖਿਆ ਗਿਆ ਆ ਜੋ ਵੀ ਤੁਸੀਂ ਕਹ ਲਓ ਤੇ ਆ ਭਾਜੀ ਹੁਣੀ ਆ ਸਾਡੇ ਵੀਰ ਜੀ ਇਹਨਾਂ ਨੇ ਕਿਹਾ ਕਿ ਦੀਪ ਬਾਈ ਤੂੰ ਹੀ ਦੱਸ ਕਿ ਸਿੱਖ ਇਹ ਕਰ ਸਕਦੇ ਆ ਤੇ ਮੰਦਰ ਤੇ ਇਮਾਨਦਾਰੀ ਨਾਲ ਜਵਾਬ ਦਿਓ ਭਾਜੀ ਬਿਲਕੁਲ ਇਮਾਨਦਾਰੀ ਨਾਲ ਜਵਾਬ ਦੇਣ ਲੱਗਾ ਆ ਸਿੱਖ ਜਿਹੜੇ ਆ ਉਹ ਬਿਲਕੁਲ ਇਦਾਂ ਨਹੀਂ ਕਰ ਸਕਦੇ ਤੇ ਜਿਹੜੇ ਹਿੰਦੂ ਆ ਉਹਨਾਂ ਦਾ ਵੀ ਜਿਹੜਾ ਉਹਨਾਂ ਦੇ ਪੰਚ ਵੀ ਬਹੁਤ ਰਿਸਪੈਕਟ ਆ ਇਹ ਦਰਸਲ ਰਿਲੀਜੀਅਨ ਦਾ ਮਾਮਲਾ ਹੀ ਨਹੀਂ ਹੈਗਾ ਇਹ ਭਾਜੀ ਜਿਹੜਾ ਆ ਨਾ ਕੁਝ ਜਿੱਦਾ ਕੁਝ ਪੋਲੀਟਿਕਲੀ ਫਾਇਦਾ ਆਪਣਾ ਲੈਣਾ ਹੁੰਦਾ ਆ ਜਾਂ ਪਰਸਨਲ ਫਾਇਦਾ ਜਣਾ ਲੋਕਾਂ ਨੇ ਲੈਣਾ ਹੁੰਦਾ ਆ ਇਹ ਉਹਨਾਂ 'ਚ ਗੱਲਾਂ ਹੁੰਦੀਆਂ ਆ ਜਦਕਿ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਸਿਰਫ ਇਹਨੂੰ ਖਬਰ ਦੇ ਤੌਰ ਤੇ ਲਓ ਤੇ ਮੈਂ ਭਾਜੀ ਤੁਹਾਨੂੰ ਦੱਸਦਾ ਕਿ ਮੈਂ ਲਗਭਗ ਐਤਵਾਰ ਨੂੰ ਉਹਨਾਂ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹੀ ਹੁੰਨਾ ਆ ਤੇ ਇਹ ਨਹੀਂ ਕਿ ਮੈਂ ਜਿਹੜਾ ਮੈਂ ਉਸ ਚੀਜ਼ ਨੂੰ ਨਾ ਜੋ ਪਵਿੱਤਰ ਬਾਣੀ ਆ ਮੈਂ ਉਹਨੂੰ ਫੋਲੋ ਕਰਦਾ ਆ ਇਹ ਨਹੀਂ ਕਿ ਮੈਂ ਆਪਣੇ ਧਰਮ ਦਾ ਪੱਕਾ ਨਹੀਂ ਹੈਗਾ ਮੈਂ ਹਿੰਦੂਇਜ਼ਮ ਚ ਵੀ ਪੂਰਾ ਜੋ ਮੇਰੇ ਸੰਸਕਾਰ ਮੇਰੇ ਮਾਪੇ ਦੀ ਤਰਫੋਂ ਦਿੱਤੇ ਗਏ ਆ ਜੋ ਮੇਰੇ ਪੂਜਾ ਪਾਠ ਆ ਉਹ ਵੀ ਮੈਂ ਪੂਰਾ ਆਪਣੀ ਸ਼ਰਧਾ ਦੇ ਨਾਲ ਕਰਦਾ ਆ ਲੇਕਿਨ ਉਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੇਰਾ ਇੱਕ ਤੁਸੀਂ ਕਹਿ ਲੋ ਕਿ ਇੱਕ ਮੈਨੂੰ ਐਦਾਂ ਕੁਝ ਮਿਲਿਆ ਆ ਜੋ ਕਿ ਮੇਰੀ ਜ਼ਿੰਦਗੀ ਨੂੰ ਜਿਹੜਾ ਚੇਂਜ ਕੀਤਾ ਸੋ ਦੇਖੋ ਜੀ ਰਿਲੀਜੀਅਨ ਦਾ ਤਾਂ ਮਾਮਲਾ ਹੈ ਹੀ ਨਹੀਂ ਪਾਜੀ ਸਿੱਖ Hindu ਮੇਰੀ ਖੁਦ ਸਿਸਟਰ ਜਿਹੜੀ ਉਹ ਸਿੱਖਾਂ ਦੇ ਵਿੱਚ ਵਿਆਹੀ ਹੋਈ ਆ ਸੋ ਇਹ ਨਾ ਸਾਨੂੰ ਹੀ ਅੰਡਰਸਟੈਂਡ ਕਰਨਾ ਪਏਗਾ ਇਹ ਤਾਂ ਕੁਝ ਜਿੱਦਾਂ ਲੋਕਾਂ ਨੂੰ ਫਾਇਦਾ ਜਾਂ ਪੋਲਿਟਿਕਲੀ ਮੈਂ ਸਿਰਫ ਬਾਰ ਬਾਰ ਕਹਿੰਦਾ ਕਿ ਇਹਨੂੰ ਖਬਰ ਦੇ ਤੌਰ ਤੇ ਲਿਆ ਕਰੋ ਸਮਝਦੇ ਆ ਸਾਰੇ ਲੋਕੀ ਵੀ ਸਾਰਿਆਂ ਨੂੰ ਪਤਾ ਆ ਕੀ ਆ ਕੀ ਨਹੀਂ ਹੈਗਾ ਸੋ ਇਹ ਤੁਸੀਂ ਨਾ ਇਦਾਂ ਹੋ ਲਿਆ ਕਰੋ ਬਾਕੀ ਮੈਂ ਬਿਲਕੁਲ ਭਾਜੀ ਇਮਾਨਦਾਰੀ ਨਾਲ ਕੋਈ ਵੀ ਰਿਲੀਜੀਅਨ ਦਾ ਬੰਦਾ ਜਿਹੜਾ ਆਪਣੇ ਧਰਮ ਦਾ ਪੱਕਾ ਹੋਏਗਾ ਜਿਹੜਾ ਉਸ ਨੂੰ ਫੋਲੋ ਕਰਦਾ ਹੋਏਗਾ ਚਾਹੇ ਮੁਸਲਿਮਾ ਚਾਹੇ ਕ੍ਰਿਸਚੀਅਨ ਚਾਹੇ ਹਿੰਦੂ ਆ ਚਾਹੇ ਸੇਖਾ ਉਹ ਕਦੀ ਵੀ ਦੂਸਰੇ ਦੇ ਕਿਸੇ ਵੀ ਜਗ੍ਹਾ ਦੇ ਉੱਪਰ ਜਿਹੜਾ ਇਦਾਂ ਦਾ ਅਟੈਕ ਜਾਂ ਕੁਝ ਵੀ ਨਹੀਂ ਕਰੇਗਾ ਕਿਉਂਕਿ ਹਰ ਧਰਮ ਇੱਕਾ ਇੱਕੋ ਹੀ ਚੀਜ਼ ਖਾਂਦਾ ਆ ਇਹ ਰਸਤੇ ਅਲੱਗ ਆ ਪੁੱਜਣਾ ਇੱਕੋ ਹੀ ਥਾਂ ਤੇ ਆ ਲੇਕਿਨ ਕਈ ਵਾਰੀ ਲੋਕ ਮੈਨੂੰ ਵੀ ਬਹੁਤ ਮਤਲਬ ਕਿ ਮੈਂ ਤਾਂ ਸਿਰਫ ਇੱਕ ਖਬਰ ਦੱਸਦਾ ਆ ਮੇਰਾ ਮਕਸਦ ਸਿਰਫ ਖਬਰ ਦੱਸਣਾ ਹੁੰਦਾ ਆ ਚਾਹੇ ਉਹ ਹਿੰਦੂਆਂ ਦੀ ਹੋਵੇ ਚਾਹੇ ਸਿੱਖਾਂ ਦੀ ਹੋਵੇ ਚਾਹੇ ਮੁਸਲਮਾਨਾਂ ਦੀ ਹੋਵੇ ਚਾਹੇ ਇਸਾਈਆਂ ਦੀ ਹੋਵੇ ਕਿਸੇ ਦੀ ਵੀ ਹੋਵੇ ਬਾਕੀ ਜੋ ਜਿੱਦਾਂ ਜਿਹਨੂੰ ਚੰਗਾ ਲੱਗਦਾ ਜੀ ਉਹ ਭੁਗਤਾਨ ਕਰਨਾ ਪਏਗਾ ਇਹ ਤਾਂ ਹਰੇਕ ਧਰਮ ਜਿਹੜਾ ਉਹ ਇਹੀ ਦੱਸਦਾ ਆ ਸੋ ਇਹ ਮਸਲਾ ਜਿਹੜਾ ਨਾ ਇਹ ਨਹੀਂ ਇਹਨੂੰ ਇਦਾਂ ਰਲਾ ਕੇ ਸਭ ਨੂੰ ਕਹਿਣਾ ਚਾਹੀਦਾ ਕਿ ਜਿਹੜਾ ਵੀ ਪਾਪੀ ਆ ਉਹਨੂੰ ਸਜ਼ਾ ਦੇਵੇ ਪ੍ਰਮਾਤਮਾ ਤੇ ਇਹ ਚੀਜ਼ਾਂ ਦੇ ਵਿੱਚ ਪੈਣਾ ਹੀ ਨਹੀਂ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਦਾ ਅੰਤ ਨਹੀਂ ਹੈਗਾ ਇਹ ਤਾਂ ਫਾਇਦਾ ਜਿਨ੍ਹਾਂ ਨੇ ਲੈਣਾ ਆ ਉਹਨਾਂ ਨੇ ਇਹ ਕਰਦੇ ਰਹਿਣਾ ਆ ਹੁੰਦੀਆਂ ਰਹਿਣੀਆਂ ਆ ਹੁੰਦੀਆਂ ਆਈਆਂ ਆ ਸੋ ਮੇਰਾ ਤਾਂ ਬਹੁਤ ਜ਼ਿਆਦਾ ਜਿਹੜਾ ਪਿਆਰ ਆ ਤੇ ਕੋਈ ਵੀ ਚਾਹੇ ਸਮਾਜ ਹੋਵੇ ਵਾਲਮੀਕੀ ਸਮਾਜ ਰਵਿਦਾਸ ਸਮਾਜ ਉਸ ਤੋਂ ਬਾਅਦ ਜੀ ਤੁਸੀਂ ਕਹਿ ਲਓ ਕਿ 크ਿਸਚੀਅਨ ਸਿੱਖ ਹਿੰਦੂ ਜਿਹੜੇ ਪੰਡਤ ਸਾਡੇ ਹਰ ਜਗ੍ਹਾ ਮੈਂ ਸਜਦਾ ਕਰਦਾ ਹਾਂ ਜੀ ਮੁਸਲਮਾਨਾਂ ਦੀ ਮਸਜਿਦ ਹੋਵੇ ਦੇਖੋ ਜੀ ਜਿਹਨੂੰ ਸਮਝ ਹੀ ਲੱਗ ਗਈ ਨਾ ਇਹ ਗੁੱਥੀ ਉਦਲੇਤਾ ਹਰ ਥਾਂ ਹਰ ਬੰਦਾ ਹੀ ਰੱਬ ਆ ਸੋ ਇਦਾਂ ਆ ਭਾਜੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਗੱਲ ਸਮਝ ਲੱਗੀ ਹੋਵਾਂਗੇ ਤੇ ਬਾਕੀ ਖੁਸ਼ ਰਹੋ ਜੀ ਤੇ ਇਹ ਚੀਜ਼ਾਂ ਤੇ ਸਟ्रेस ਨਾ ਲਿਆ ਕਰੋ ਖਬਰ ਹੁੰਦੀ ਆ ਖਬਰ ਦੇਖ ਕੇ ਤਾਂ ਅੱਗੇ ਕੱਢ ਦਿਆ ਕਰੋ ਤੇ ਬਾਕੀ ਖੁਸ਼ ਰਹੋ ਤੇ ਜ਼ਿੰਦਾਬਾਦ